ਦੋਸਤੋ, ਟੈਕਨੀਕਲ ਜੋਬ ਪੁਆਇੰਟ ਚੈਨਲ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਪੈਰਾਮੈਡੀਕਲ ਸਟਾਫ ਦੀਆਂ ਵੱਖ ਵੱਖ ਪੋਸਟਾਂ ਦੇ ਲਈ ਨਵਾਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ। ਫਾਰਮ ਤੁਸੀਂ ਔਨਲਾਈਨ ਅਪਲਾਈ ਕਰਨਾ ਹੈ, ਮੁੰਡੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ। ਲਾਸਟ ਡੇਟ ਹੋਵੇਗੀ 17 ਜੂਨ 2024। ਹੁਣੇ ਹੁਣੇ ਨੋਟੀਫਿਕੇਸ਼ਨ ਆਊਟ ਕੀਤਾ ਗਿਆ, ਜਾਣਕਾਰੀ ਡਿਟੇਲ ਦੇ ਵਿੱਚ ਦਿੱਤੀ ਜਾਵੇਗੀ। ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖਿਓ। ਪੰਜਾਬ ਦੇ ਵਿੱਚ ਆਉਣ ਵਾਲੀਆਂ ਸਰਕਾਰੀ ਨੌਕਰੀਆਂ, ਪ੍ਰਾਈਵੇਟ ਨੌਕਰੀਆਂ ਅਤੇ ਪਲ ਪਲ ਦੀ ਅਪਡੇਟ ਦੇ ਲਈ ਤੁਸੀਂ ਸਾਡੇ ਟੈਲੀਗ੍ਰਾਮ ਅਤੇ ਵਟਸਐਪ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ। ਇਹਨਾਂ ਗਰੁੱਪਾਂ ਦਾ ਲਿੰਕ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲੇਗਾ। ਦੋਸਤੋ, ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਅੱਗੇ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ। ਚਲੋ ਦੋਸਤੋ, ਚੱਲਦੇ ਹਾਂ ਜੀ ਨੋਟੀਫਿਕੇਸ਼ਨ ਦੇ ਉੱਪਰ। ਹਾਂਜੀ ਦੋਸਤੋ, ਅੱਜ ਦਾ ਨੋਟੀਫਿਕੇਸ਼ਨ BSF ਬੋਰਡਰ ਸਿਕਿਉਰਿਟੀ ਫੋਰਸ ਦੇ ਵੱਲੋਂ ਆਊਟ ਕੀਤਾ ਗਿਆ ਜੀ। ਫਾਰਮ ਤੁਸੀਂ ਔਨਲਾਈਨ ਅਪਲਾਈ ਕਰਨਾ ਹੈ, ਪੈਰਾਮੈਡੀਕਲ ਸਟਾਫ ਦੀ ਭਰਤੀ ਕੀਤੀ ਜਾਵੇਗੀ, ਮੁੰਡੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਹਨ। ਦੋਸਤੋ, ਪੋਸਟਾਂ ਦੀ ਡਿਟੇਲ ਕੁਝ ਇਸ ਪ੍ਰਕਾਰ ਹੋਵੇਗੀ। ਪੋਸਟ ਨੰਬਰ 1 ਹੈ ਜੀ SI ਸਟਾਫ ਨਰਸ। ਟੋਟਲ ਪੋਸਟਾਂ ਦੀ ਗਿਣਤੀ 14 ਹੋਵੇਗੀ। ਪੋਸਟਾਂ ਨੂੰ ਕੈਟਾਗਰੀ ਵਾਈਜ਼ ਇੱਥੇ ਵੰਡਿਆ ਗਿਆ ਹੈ। ਪੇ ਸਕੇਲ ਹੋਵੇਗਾ 35,400 ਲੈ ਕੇ 1,12,400 ਰੁਪਏ ਪ੍ਰਤੀ ਮਹੀਨਾ ਤੁਹਾਨੂੰ ਦਿੱਤੀ ਜਾਵੇਗੀ। ਇਹ ਗਰੁੱਪ B ਦੀ ਪੋਸਟ ਹੋਵੇਗੀ। ਗਰੁੱਪ C ਦੀ ਪੋਸਟ ਦੀ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ। ਪੋਸਟ ਨੰਬਰ 1 ਹੋਵੇਗੀ ASI ਲੈਬ ਟੈਕਨੀਸ਼ੀਅਨ। ਟੋਟਲ 38 ਪੋਸਟਾਂ ਨੇ। ਉਸ ਤੋਂ ਬਾਅਦ ਫਿਜ਼ੀਓਥੈਰੇਪਿਸਟ ਦੀਆਂ 47 ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਇਹਨਾਂ ਦੀ ਸੈਲਰੀ 29,200 ਤੋਂ ਲੈ ਕੇ 92,300 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ। ਦੋਸਤੋ, ਇਹਨਾਂ ਪੋਸਟਾਂ ਦੀ ਕੁਆਲੀਫਿਕੇਸ਼ਨ ਕੁਝ ਇਸ ਪ੍ਰਕਾਰ ਹੋਵੇਗੀ। ਪੋਸਟ ਹੋਵੇਗੀ ਸਟਾਫ ਨਰਸ ਦੀ। ਜੇਕਰ ਤੁਸੀਂ +2 ਕੰਪਲੀਟ ਕੀਤੀ ਹੈ ਅਤੇ ਨਾਲ GNM ਕੰਪਲੀਟ ਕੀਤੀ ਹੈ, ਰਜਿਸਟ੍ਰੇਸ਼ਨ ਨੰਬਰ ਹੈ ਤੁਹਾਡੇ ਕੋਲ ਸੈਂਟਰਲ ਜਾਂ ਫਿਰ ਸਟੇਟ ਨਰਸਿੰਗ ਦਾ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਪੋਸਟ ਨੰਬਰ 2 ASI ਲੈਬ ਟੈਕਨੀਸ਼ੀਅਨ ਦੀ ਜੋ ਪੋਸਟ ਹੈ, ਜੇਕਰ ਤੁਸੀਂ +2 ਦੇ ਨਾਲ ਸਾਇੰਸ ਕੰਪਲੀਟ ਕੀਤੀ ਹੈ, ਡਿਪਲੋਮਾ ਤੁਹਾਡੇ ਕੋਲ ਮੈਡੀਕਲ ਲੈਬੋਰਟਰੀ ਟੈਕਨੋਲੋਜੀ ਦਾ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਪੋਸਟ ਨੰਬਰ 3 ਹੈ ASI ਫਿਜ਼ੀਓਥੈਰੇਪਿਸਟ, +2 ਦੇ ਨਾਲ ਤੁਸੀਂ ਸਾਇੰਸ ਕੰਪਲੀਟ ਕੀਤੀ ਹੈ, ਡਿਪਲੋਮਾ ਹੈ ਤੁਹਾਡੇ ਕੋਲ ਫਿਜ਼ੀਓਥੈਰੇਪੀ ਦਾ ਅਤੇ ਨਾਲ 6 ਮਹੀਨਿਆਂ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਉਮਰ ਕੁਝ ਇਸ ਪ੍ਰਕਾਰ ਹੋਵੇਗੀ। ਪੋਸਟ ਨੰਬਰ 1 ਸਟਾਫ ਨਰਸ ਦੀ ਹੈ, 21 ਤੋਂ 30 ਸਾਲ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ। ਤੁਹਾਨੂੰ ਏਜ ਰਿਲੈਕਸੇਸ਼ਨ ਵੀ ਦਿੱਤਾ ਜਾਵੇਗਾ। ਲੈਬ ਟੈਕਨੀਸ਼ੀਅਨ ਦੀ ਪੋਸਟ ਦੇ ਲਈ 18 ਤੋਂ 25 ਸਾਲ, ਫਿਜ਼ੀਓਥੈਰੇਪਿਸਟ ਜੋ ਪੋਸਟ ਹੈ 20 ਤੋਂ 27 ਸਾਲ ਦੇ ਵਿੱਚ ਅਪਲਾਈ ਕਰ ਸਕਦੇ ਹੋ। ਦੋਸਤੋ, ਪਹਿਲਾਂ ਤੁਹਾਡੀ ਹਾਈਟ ਅਤੇ ਵੇਟ ਚੈੱਕ ਕੀਤਾ ਜਾਵੇਗਾ। ਮੁੰਡਿਆਂ ਦੀ 165 ਸੈਂਟੀਮੀਟਰ ਅਤੇ ਕੁੜੀਆਂ ਦੀ 150 ਸੈਂਟੀਮੀਟਰ ਹਾਈਟ ਹੋਣੀ ਜ਼ਰੂਰੀ ਹੈ। ਉਸ ਤੋਂ ਬਾਅਦ ਤੁਹਾਡਾ ਫਿਜ਼ੀਕਲ ਐਫੀਸ਼ੈਂਸੀ ਟੈਸਟ ਲਿਆ ਜਾਵੇਗਾ। ਰਨਿੰਗ ਹੋਵੇਗੀ ਮੇਲ ਕੈਂਡੀਡੇਟ ਦੇ ਲਈ 1600 ਮੀਟਰ 7 ਮਿੰਟ ਦੇ ਵਿੱਚ, ਫੀਮੇਲ ਦੀ 800 ਮੀਟਰ 5 ਮਿੰਟ ਦੇ ਵਿੱਚ। ਲੌਂਗ ਜੰਪ ਮੇਲ ਦੇ ਲਈ 11 ਫੁੱਟ 3 ਚਾਂਸ ਤੁਹਾਨੂੰ ਮਿਲਣਗੇ, ਫੀਮੇਲ ਦੇ ਲਈ 8 ਫੁੱਟ ਤੁਹਾਨੂੰ 3 ਚਾਂਸ ਦਿੱਤੇ ਜਾਣਗੇ। ਹਾਈ ਜੰਪ ਹੋਵੇਗਾ 3.5 ਫੁੱਟ ਦਾ, 3 ਚਾਂਸ ਮਿਲਣਗੇ ਮੇਲ ਕੈਂਡੀਡੇਟਸ ਨੂੰ, ਅਤੇ 2.5 ਫੁੱਟ ਦਾ ਫੀਮੇਲ ਕੈਂਡੀਡੇਟਸ ਦੇ ਲਈ ਹਾਈ ਜੰਪ ਹੋਵੇਗਾ, 3 ਚਾਂਸ ਤੁਹਾਨੂੰ ਦਿੱਤੇ ਜਾਣਗੇ। ਦੋਸਤੋ, ਰਿਕਿਊਟਮੈਂਟ ਸੈਂਟਰ ਕੁਝ ਇਸ ਪ੍ਰਕਾਰ ਹੋਣਗੇ। ਆਲ ਇੰਡੀਆ ਦੇ ਵਿੱਚ ਰਿਕਿਊਟਮੈਂਟ ਸੈਂਟਰ ਬਣਾਏ ਗਏ ਨੇ। ਜੋ ਪੰਜਾਬ ਦੇ ਕੈਂਡੀਡੇਟ ਨੇ ਅਪਲਾਈ ਕਰਨਾ ਚਾਹੁੰਦੇ ਨੇ, ਉਹ ਜਲੰਧਰ ਦਾ ਐਡਰੈਸ ਫਿਲ ਕਰਕੇ ਫਾਰਮ ਸਬਮਿਟ ਕਰ ਸਕਦੇ ਨੇ। ਇਸ ਐਡਰੈਸ 'ਤੇ ਤੁਹਾਡਾ ਫਿਜ਼ੀਕਲ ਅਤੇ ਰਿਟਨ ਐਗਜ਼ਾਮ ਲਿਆ ਜਾਵੇਗਾ। ਦੋਸਤੋ, ਇਹ ਫੁੱਲ ਨੋਟੀਫਿਕੇਸ਼ਨ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਦੇ ਵਿੱਚ ਮਿਲ ਜਾਵੇਗਾ।
ਉੱਥੇ ਜਾ ਕੇ ਤੁਸੀਂ ਚੰਗੀ ਤਰ੍ਹਾਂ ਰੀਡ ਕਰਕੇ ਫਾਰਮ ਨੂੰ ਔਨਲਾਈਨ ਅਪਲਾਈ ਕਰ ਸਕਦੇ ਹੋ।